ਸੋਹਣੀ ਨੇ ਜਦੋਂ ਘੜੇ ਨੂੰ ਹੱਥ ਪਾਇਆ ਤੇ ਘੜੇ ਚੋਂ ਇੱਕ ਆਵਾਜ਼ ਆਉਂਦੀ ਹੈ। ਘੜਾ ਕਹਿੰਦਾ, ਕਹਿੰਦਾ ਸੋਹਣੀਏ, ਮੈਂ ਉਹ ਨਹੀਂ ਹੂੰ ਜਿਹੜਾ ਤੂੰ ਸਮਝ ਰਹੀ ਆ। ਤੇ ਸੋਹਣੀ ਕਹਿੰਦੀ ਆ, ਤੇ ਕੀ ਹੋਇਆ ਘੜਿਆ, ਜੇ ਤੂੰ ਕੱਚਾ ਹੀ ਮੇਰਾ ਇਮਾਨ ਤੇ ਪੱਕਾ ਹੀ। ਉਸ ਵੇਲੇ ਤੇ ਬੋਲ ਹੈ ਪੇਸ਼ ਕਰਨ ਲੱਗਿਆ, ਉਹ ਵੀਰ ਮਰੇ ਉਸ ਘੜਾ ਵੱਡੇ ਦੜੀ ਦਾ ਮੇਰੇ।